ਦੁਕਾਨ ਦੇ ਕਲੇਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਅਤੇ ਦੱਸ ਦਈਏ ਕਿ ਇੱਕ ਨੌਜਵਾਨ ਦੇ ਵੱਲੋਂ ਦੇਰ ਰਾਤ ਨੂੰ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ। ਪਹਿਲਾਂ ਤਾਂ ਦੁਕਾਨ ਦੇ ਬਾਹਰ ਲੱਗੇ ਬੋਰਡ ਨੂੰ ਪਾੜਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਜੋ CCTV ਕੈਮਰੇ ਸੀ ਉਹਨਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ ਅਤੇ ਘਟਨਾ ਕੋਲ ਹੀ ਲੱਗੇ CCTV ਕੈਮਰੇ 'ਚ ਕੈਦ ਹੋ ਗਈ ਹੈ। ਅਤੇ ਦੂਜੇ ਪਾਸੇ ਦੁਕਾਨਦਾਰ ਜੋ ਹੈ ਉਸਦਾ ਕਹਿਣਾ ਹੈ ਕਿ ਉਸਨੂੰ ਲਗਾਤਾਰ ਇਹਨਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਕਿ UP ਤੋਂ ਉਹ 2 ਨੰਬਰ ਦਾ ਅਸਲਾ ਲੈ ਕੇ ਆਏ ਨੇ ਜਿਸ ਦੇ ਨਾਲ ਉਸਨੂੰ ਮਾਰ ਦਿੱਤਾ ਜਾਵੇਗਾ। ਤਾਂ ਇਸ ਘਟਨਾ ਤੋਂ ਬਾਅਦ ਜਿੱਥੇ ਹੁਣ ਬੀਤੀ ਰਾਤ ਨੂੰ ਫਿਰ ਤੋਂ ਇੱਕ ਧਿਰ ਦੇ ਇੱਕ ਨੌਜਵਾਨ ਦੇ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ, ਉੱਥੇ ਹੁਣ ਜੋ ਦੁਕਾਨਦਾਰ ਹੈ ਉਹ ਕਾਫੀ ਜ਼ਿਆਦਾ ਡਰ ਦੇ ਸਾਏ ਹੇਠ ਰਹਿ ਰਿਹਾ ਅਤੇ ਉਸਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਦੁਕਾਨਾਂ ਦੇ ਕਲੇਸ਼ ਨੂੰ ਲੈ ਕੇ 2 ਧਿਰਾਂ ਆਮੋ ਸਾਹਮਣੇ ਨੇ। ਹਾਲਾਂਕਿ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਪਰ ਇੱਕ ਧਿਰ ਦੇ ਵੱਲੋਂ ਦੁਕਾਨ ਨੂੰ ਖਾਲੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ, ਇਹ ਕਹਿਣਾ ਦੁਕਾਨਦਾਰ ਦਾ। ਅਤੇ ਇਸ ਤੋਂ ਬਾਅਦ ਜਿੱਥੇ ਪਹਿਲਾਂ ਵੀ ਇਹਨਾਂ ਦੀ ਕਈ ਵਾਰੀ ਬੈਠ ਕੇ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਹਾਲੇ ਵੀ ਇੱਕ ਧਿਰ ਦਾ ਜੋ ਨੌਜਵਾਨ ਹੈ ਉਹਨਾਂ ਦੇ ਨਾਲ ਲਗਾਤਾਰ ਗਾਲੀ ਗਲੋਚ ਕਰ ਰਿਹਾ। ਬੀਤੇ ਦਿਨਾਂ ਵਿੱਚ ਜਦੋਂ ਉਹ ਉਹਨਾਂ ਦੀ ਦੁਕਾਨ ਦੇ ਉੱਤੇ ਆਇਆ ਸੀ ਉਸ ਸਮੇਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਅਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਮਾਮਲੇ ਨੂੰ ਸੁਲਝਾ ਕੇ ਉਸਨੂੰ ਘਰ ਭੇਜ ਦਿੱਤਾ ਗਿਆ ਸੀ। ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੌਜਵਾਨ ਦੇ ਵੱਲੋਂ ਰਾਤ ਨੂੰ ਆ ਕੇ ਦੁਕਾਨ ਦੇ ਬਾਹਰ ਇਹ ਭੰਨ ਤੋੜ ਕੀਤੀ ਗਈ ਹੈ। ਉੱਥੇ ਦੂਸਰੀ ਧਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਔਰਤ ਦਾ ਕਹਿਣਾ ਹੈ ਕਿ ਜੋ ਦੁਕਾਨਦਾਰ ਹੈ ਉਹਨਾਂ ਦੇ ਵੱਲੋਂ ਜੋ CCTV ਨੇ ਉਹ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਘਰ ਵੱਲ ਨੂੰ ਲਗਾਏ ਗਏ ਨੇ ਜਿਸ ਦਾ ਕਿ ਸਿਰਫ ਉਹ ਕਹਿਣ ਗਏ ਸੀ ਦੁਕਾਨ ਦੇ ਵਿੱਚ ਕਿ ਇਹ CCTV ਦਾ ਮੂੰਹ ਹੋਰ ਪਾਸੇ ਨੂੰ ਕਰ ਲਿਆ ਜਾਵੇ। ਤਾਂ ਇਸ ਨੂੰ ਲੈ ਕੇ ਦੁਕਾਨਦਾਰ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਗਾਲੀ ਗਲੋਚ ਕੀਤਾ ਗਿਆ। ਤਾਂ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਤੇ ਇਹ ਗੁੰਡਾਗਰਦੀ ਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ। ਮੈਂ ਉਹਨਾਂ ਦੀ ਦੁਕਾਨ ਤੇ ਕੱਲ 5:20 ਤੇ ਗਈ ਆਂ। ਉਹਨਾਂ ਨੇ ਮੇਰੇ ਘਰ ਦੇ ਸਾਹਮਣੇ ਫਰੰਟ ਤੇ ਕਰਕੇ ਕੈਮਰੇ ਲਾਏ। ਮੈਂ ਉਹਨਾਂ ਨੂੰ ਜਾ ਕੇ, ਮੈਂ ਤੇ ਮੇਰਾ ਬੇੜਾ ਕੋਈ 5:20 ਤੇ ਜਾ ਕੇ ਕਿਹਾ ਵਾ ਕਿ ਆਪਣੇ ਜਿਹੜੇ ਕੈਮਰੇ ਆ ਨਾ ਉਹਨਾਂ ਨੂੰ ਸਾਈਡ ਤੇ ਕਰ ਲਓ। ਉਹਨੇ ਕਿਹਾ ਕਿ ਨਹੀਂ ਮੈਂ ਨਹੀਂ ਕਰਨੇ, ਅਸੀਂ ਕਿਹਾ ਚਲ ਤੁਸੀਂ ਵੱਖਰੇ ਜੇ ਕਰਕੇ ਲਾ ਲਓ। ਉਹ ਕਹਿੰਦਾ ਕਿ ਨਹੀਂ ਮੈਂ ਦੁਕਾਨ ਛੱਡਣੀ ਨਹੀਂ ਆ, ਦੁਕਾਨਾਂ ਦਾ ਝਗੜਾ ਇਸ ਤਰ੍ਹਾਂ ਚੱਲਣ ਡਿਆ ਵਾ ਕਿ ਬਜ਼ੁਰਗਾਂ ਦਾ, ਕਹਿੰਦੇ ਕਿ ਬਜ਼ੁਰਗਾਂ ਨੇ ਤੁਹਾਨੂੰ ਬੇਦਖਲ ਕੀਤਾ ਵਾ। ਜਦੋਂ ਕਿ ਬਜ਼ੁਰਗ ਬੇਟੇ ਮੇਰੇ ਨੇ ਕਿਹਾ ਬਜ਼ੁਰਗ ਸਾਡੇ ਨਾਲ ਹੈ, ਉੱਥੋਂ ਉਹਨੇ ਇਸ ਤਰ੍ਹਾਂ ਆਪਣੇ ਹੱਥ ਮਾਰ ਕੇ ਗੰਦੀਆਂ ਗੱਲਾਂ, ਉਹ ਜਿਹੜੀਆਂ ਮੇਰੀ ਬੇਟੀ ਮੈਨੂੰ ਜੇ ਮੈਂ ਕਹਾਂ ਤੇ ਮੈਂ ਲਾਈਵ 'ਚ ਵੀ ਤੁਹਾਨੂੰ ਦੱਸ ਸਕਦੀ ਹਾਂ, ਪਰ ਮੈਂ ਚਲੋ ਸੋਚਦੀ ਹਾਂ ਵੀ ਚਲੋ ਸਮਾਜ ਦੇ ਵਿੱਚ ਇਹ ਗੱਲਾਂ ਨਾ ਦੱਸਾਂ ਗੰਦੀਆਂ ਗੱਲਾਂ ਨਾਲ। ਉਹਨੇ ਮੇਰੇ ਬੇਟੇ ਦੇ ਚਪੇੜ ਮਾਰੀ 2 ਤੇ ਉਹਨੇ ਧੱਕੇ ਮਾਰੇ ਤੇ ਫਿਰ ਬਾਹਰ ਕੱਢ ਕੇ ਦਾਤਰ 5:20 ਤੋਂ ਲੈ ਕੇ 5:30 ਤੱਕ ਉਹਨੇ ਸਾਡੇ ਨੇ ਤਾਂ ਅਸੀਂ ਹੱਥ ਜੋੜ ਕੇ ਆ ਗਏ। ਫਿਲਹਾਲ ਫਿਰ ਵੀ CCTV ਦੀ ਫੁਟੇਜ ਹੈ ਜਿਹਦੇ ਵਿੱਚ ਤੁਹਾਡਾ ਲੜਕਾ ਜਿਹੜਾ ਵਾ ਦਾਤਰਾਂ ਦੇ ਨਾਲ। ਹਾਂਜੀ ਸਰ, ਮੈਂ ਇਹ ਹੈਗਾ ਵਾ ਕਿਉਂ ਜਿਸ ਦੀ ਮਾਂ ਤੇ ਭੈਣ ਨੂੰ ਇੰਨੇ ਗੰਦੇ ਸ਼ਬਦ ਬੋਲੇ ਜਾਣ ਨਾ, ਜੋ ਨਿਊ ਜਨਰੇਸ਼ਨ ਆ ਉਹ ਆਪਣੇ ਵਾਸਤੇ ਆਪਣੀ ਮਾਂ ਦੇ ਵਾਸਤੇ ਇੰਨੇ ਸ਼ਬਦ, ਅਜੇ ਤਾਂ ਉਹਨੇ ਕੁਛ ਕੀਤਾ ਹੀ ਨਹੀਂ। ਤੁਹਾਨੂੰ ਲੱਗਦਾ ਨਹੀਂ ਕਿ ਕਾਨੂੰਨ ਨੂੰ ਹੱਥ ਵਿੱਚ ਲਿਆ? ਕਾਨੂੰਨ ਨੂੰ ਸਰ ਜੀ ਹੱਥ ਵਿੱਚ ਲਿਆ, ਪਰ ਜਿਹੜੀ 5:20 ਤੋਂ ਲੈ ਕੇ 5:30 ਤੱਕ ਬਣੀ ਉਹ ਵੀ ਇੱਕ ਨੂੰ ਦੇਣੀ ਚਾਹੀਦੀ ਆ। ਕੈਮਰੇ ਉੱਤੇ ਥਾਂ ਥਾਂ ਤੇ ਲੱਗੇ ਨੇ ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਕੀਤੀ। ਅੱਜ ਸਵੇਰੇ ਵੀ ਉਹਨੇ ਗੰਦੇ ਇਸ਼ਾਰੇ, ਗੰਦੀਆਂ ਹਰਕਤਾਂ, ਗੰਦੀਆਂ ਗੱਲਾਂ ਕੀਤੀਆਂ, ਉਹ ਵੀ ਵੀਡੀਓ ਉਹਨਾਂ ਦੇ ਕੋਲ ਆ। ਸਰ ਜੀ ਮੈਂ ਤੇ ਇਹਨਾਂ ਤੋਂ ਪਰੇਸ਼ਾਨ ਆ, ਪਰੇਸ਼ਾਨ ਆ। ਇਹਨੇ ਉਹ ਇੱਥੋਂ ਤੱਕ ਨਾਲ ਲਗਾਤਾਰ ਜੀ ਕੋਰਟ ਦਾ ਮੈਟਰ ਹੋਣ ਦੇ ਬਾਵਜੂਦ ਵੀ ਉਹ ਕਹਿ ਰਹੇ ਵੀ ਉਹਨਾਂ ਸਾਡੇ ਉਹਨਾਂ ਦੇ ਜਿਹੜੇ AC ਦੇ ਕੰਪਰੈਸ਼ਰ ਹੈਗੇ ਉਹ ਵੀ ਸਾੜ ਦਿੱਤੇ ਗਏ ਆ ਤੇ ਦੂਜੇ ਇੱਕ ਨਾਲ ਕੂਲਰ ਸਾਲਾ ਤੋੜ ਦਿੱਤਾ। ਨਹੀਂ ਖੁਦ ਇਹਨੇ ਕੁਛ, ਖੁਦ ਇਹਨੇ ਆਪ ਵੀ ਕੀਤੇ ਆ, ਉਹ ਜੋ ਕੈਮਰੇ ਤੋੜੇ ਗਏ ਆ, ਜੋ ਕੁਛ ਇਹਨੇ ਜਿਹੜੀ ਅੱਗ ਵਾਲੀ ਜੋ ਇਹਨੇ ਆਪਣੇ ਕੋਲੋਂ ਕੀਤਾ ਵਾ। ਇਹ ਜਿਹੜਾ ਲਾਗੇ ਨਜ਼ਦੀਕ ਭੁੱਲਰ ਹਾਂਜੀ ਨੇ ਉਹਨਾਂ ਨਾਲ ਵੀ ਤੁਹਾਡਾ ਕੋਈ ਡਿਸਕਸ਼ਨ? ਨਹੀਂ ਜੀ, ਮੇਰਾ ਕੋਈ ਨਹੀਂ। ਉਹਨਾਂ ਦਾ ਆਊਟਡੋਰ ਵੀ ਜਿਹੜਾ ਉਹ ਵੀ ਕਹਿ ਰਹੇ ਕਿ ਸਾਡੇ ਆਊਟਡੋਰ ਇਹਨਾਂ ਨੇ ਇੱਟਾਂ ਚਲਾਈਆਂ ਇਹਨੇ ਸਾਡੀ ਛੱਤ ਤੇ ਚੜ ਕੇ, ਰਾਤ ਸਾਡੀ ਛੱਤ ਤੇ ਚੜ ਕੇ 11 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹੋ ਝਗੜਾ ਹੁੰਦਾ ਰਿਹਾ।
ਖੁਦ ਕਾਰਵਾਈਆਂ ਆਪ ਕੀਤੀਆਂ, ਜਿਹੜੀਆਂ ਕਾਰਵਾਈਆਂ ਸਾਡੇ ਕੈਮਰੇ 'ਚ ਆ ਰਹੀਆਂ ਉਹ ਕੀਤੀਆਂ। ਇਹ ਤਿੰਨ ਦੁਕਾਨਾਂ ਨੇ ਜੀ ਜਿਹੜੀਆਂ ਅਸੀਂ ਆਪਣੇ ਖਰਚੇ 'ਤੇ ਤਿਆਰ ਕੀਤੀਆਂ, ਤਿਆਰ ਕਰਕੇ ਇਹਨਾਂ ਨੂੰ ਜੋ ਵੀ ਇਹਨਾਂ ਦਾ ਬਣਦਾ ਸੀਗਾ, ਕਿਉਂਕਿ ਕਿਰਾਇਆਨਾਮਾ ਲਿਖਿਆ ਗਿਆ ਜਿਹਦੇ ਵਿੱਚ ਸਮਾਂ ਲਿਖਿਆ ਗਿਆ, ਜਿਹਦੇ ਵਿੱਚ ਕੀਮਤ ਲਿਖੀ ਗਈ, ਅਦਾਇਗੀ ਲਿਖੀ ਗਈ, ਜਿਹੜਾ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈ ਜੀ। ਉਹ ਤੋਂ ਇਲਾਵਾ ਜੇ ਇਹ ਇਹਨਾਂ ਨੇ ਜੀ ਪਹਿਲਾਂ ਤਾਂ ਇੱਕ ਸੰਦੀਪ ਜਿਹੜੇ ਨੇ ਸਾਡੇ ਬਿਲਡਿੰਗ ਵਾਲੇ, ਉਹਨਾਂ ਨਾਲ ਕਾਫੀ ਕਲੇਸ਼ ਵਿਵਾਦ ਪਾਇਆ ਜੀ ਪੈਸਿਆਂ ਨੂੰ ਲੈਣ ਦੇਣ ਕਰਕੇ, ਫਿਰ ਉਹਨਾਂ ਨੇ ਉਹਨਾਂ ਤੋਂ ਫਿਰ ਹੋਰ ਵਸੂਲ ਕੀਤੀ ਪੇਮੈਂਟ, ਫਿਰ ਲਿਖਤ ਕੀਤੀ। ਇਸ ਲਿਖਤ ਤੋਂ ਇਲਾਵਾ ਹੋਰ ਵੀ ਸਾਨੂੰ ਪਤਾ ਲੱਗਾ ਕਿ ਕਿਸੇ ਹੋਰ ਦੇ ਨਾਲ ਵੀ ਲਿਖਤ ਕੀਤੀ ਗਈ ਹੈ, ਉਹਦੇ ਸਬੂਤ ਜਿਹੜੇ ਉਹ ਸਾਡੇ ਕੋਲ ਨੇ। ਮੇਰਾ ਇਹਨਾਂ ਦੇ ਨਾਲ ਕੋਈ ਵੀ ਰੌਲਾ ਨਹੀਂ ਸੀ ਪਹਿਲਾਂ, ਨਾ ਕੋਈ ਕੋਰਟ ਕੇਸ ਆ, ਇਹੋ ਜਿਹੀ ਕੋਈ ਗੱਲ ਨਹੀਂ, ਲੇਕਿਨ ਇਹਨਾਂ ਨੇ ਫਿਰ ਵੀ ਮੇਰਾ ਨੁਕਸਾਨ ਕੀਤਾ। ਜਵਾਬ ਦੇ ਤੇ ਇੱਕ ਦਾਅਵਾ ਵੀ ਪੇਸ਼ ਕੀਤਾ, ਉਹਦਾ ਫਿਰ ਜਵਾਬ ਆਇਆ ਜੀ, ਕਲੀਅਰ ਸਾਹਿਬ ਕੋਲ ਸਟੇ ਵੀ ਆ ਜੀ। ਇਹ ਸਟੇ ਦੇ ਹੁੰਦਿਆਂ ਫਿਰ ਵੀ ਜੋ ਵੀ ਇਹਨਾਂ ਨੇ ਕੋਰਟ ਨੂੰ ਕੁਛ ਵੀ ਮਤਲਬ ਕੋਰਟ ਦੇ ਰਾਹੀਂ ਜੋ ਵੀ ਕਾਰਵਾਈ ਚੱਲਦੀ ਆ ਨਾ, ਉਹਤੇ ਤੇ ਮਤਲਬ ਵੀ ਤੁਰੇ ਹੀ ਨਹੀਂ ਆ ਕਹਿ ਲਓ। ਹਾਂਜੀ ਹਮਲਾ ਕੀਤਾ, ਬਿਲਕੁਲ ਹਮਲਾ ਕੀਤਾ ਜੀ। ਇੱਥੇ ਦਾਤਰਾਂ ਦੀ ਵੀਡੀਓ ਵੇਖੀ ਆ ਮੈਂ, ਵੀਡੀਓ ਬਣੀ ਵੀ ਆ ਜੀ, ਇਹਦੇ ਵਿੱਚ ਫੋਟੋਆਂ ਵੀ ਹੈਗੀਆਂ ਵਾ, ਸਾਰੇ ਸਬੂਤ ਕੋਲ ਨੇ। ਅਤੇ ਇਹਨਾਂ ਨੂੰ ਉਹ ਤੋਂ ਬਾਅਦ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਜੇ ਮੰਨ ਲਓ ਡਾਕਟਰ ਕਲੀਅਰ ਸਾਹਿਬ ਦੇ ਨਾਲ ਇਹਨਾਂ ਨਾਲ ਉਹਨਾਂ ਨੇ ਏਸੀ ਨੂੰ ਅੱਗ ਲਾਈ ਗਈ ਆ ਜੀ। ਮੇਰਾ ਉੱਪਰ ਜਿਹੜਾ ਯੂਨਿਟ ਲੱਗਾ ਆ ਉਹਨੂੰ ਤੋੜਿਆ ਭੰਨਿਆ ਗਿਆ ਵਾ, ਇੱਟਾਂ ਮਾਰ ਕੇ ਉਹਦੇ ਅਜੇ ਵੀ ਉੱਪਰ ਹੀ ਲੱਗਾ ਆ। ਮੌਕਾ ਤੁਸੀਂ ਜਦੋਂ ਮਰਜ਼ੀ ਵੇਖ ਸਕਦੇ ਜੀ, ਹੁਣ ਕਰ ਸਕਦੇ ਜੀ, ਬਿਲਕੁਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਅਸੀਂ ਤਾਂ ਇੱਕ ਅਮਨ ਪਸੰਦ ਹੈ, ਕਾਨੂੰਨ ਪਸੰਦ ਜਿਹੜੇ ਵਿਅਕਤੀ ਆ ਜੀ, ਅਸੀਂ ਤਾਂ ਬਿਲਕੁਲ ਆਪਣਾ ਕੰਮ ਕਰਦੇ ਹਾਂ, ਆਪਣੀ ਮਿਹਨਤ ਕਰਦੇ ਹਾਂ ਜੀ, ਅਤੇ ਨਾ ਹੀ ਇਹਨਾਂ ਨੂੰ ਕੋਈ ਜ਼ਬਰਦਸਤੀ ਕੀਤੀ ਆ। ਇਹਨਾਂ ਦੀ ਲਿਖਤ ਸਾਡੇ ਕੋਲ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਫਿਰ ਵੀ ਜੇ ਚਾਹੁੰਦੇ ਹਾਂ ਕਿ ਜੇ ਇਹਨਾਂ ਨੂੰ ਕੁਛ ਲੱਗਦਾ ਵਾ ਕਿਸੇ ਵੀ ਤਰ੍ਹਾਂ ਦਾ, ਤਾਂ ਕਾਨੂੰਨੀ ਸਹਾਇਤਾ ਲੈ ਕੇ ਸਾਨੂੰ ਹਰ ਚੀਜ਼ ਪ੍ਰਵਾਨ ਹੈ ਜੀ। ਸਾਨੂੰ ਕੋਰਟ ਕੇਸ ਜੋ ਵੀ ਹੋਇਆ ਸਾਨੂੰ ਉਹ ਵੀ ਪ੍ਰਵਾਨ ਹੈ, ਲੇਕਿਨ ਅਸੀਂ ਮੰਗ ਕਰਦੇ ਹਾਂ ਜੀ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ, ਪ੍ਰਸ਼ਾਸਨ ਸਾਡਾ ਸਾਥ ਦੇਣ, ਸਰਕਾਰਾਂ ਸਾਡਾ ਸਾਥ ਦੇਣ, ਅਤੇ ਸਾਨੂੰ ਜਿਹੜਾ ਵਾ ਸਾਡਾ ਕੰਮ ਜਿਹੜਾ ਅਸੀਂ ਕਰ ਸੀ, ਅਸੀਂ ਹੋਰ ਵੀ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਵਾ, ਅਸੀਂ ਆਪਣਾ ਵੀ ਰੁਜ਼ਗਾਰ ਇੱਥੋਂ ਜਿਹੜਾ ਚਲਾਉਂਦੇ ਹਾਂ। ਅਤੇ ਜੇ ਇਹੋ ਹੀ ਕੰਮ ਰਿਹਾ ਤਾਂ ਨਾ ਸਾਡੇ ਕੋਲ ਕਿਸੇ ਨੇ ਆਉਣਾ, ਅਤੇ ਨਾ ਅਸੀਂ ਦੁਕਾਨਾਂ ਖੋਲ੍ਹ ਕੇ ਬਹਿ ਸਕਦੇ ਹਾਂ। ਇਹ ਆ ਕੇ ਕੁਰਸੀ ਡਾ ਕੇ ਬਹਿੰਦੇ ਆ ਕਿ ਖੋਲ੍ਹੋ ਕਿੱਦਾਂ ਖੋਲ੍ਹ ਦਿਓ, ਅਤੇ ਇਹ ਬਹੁਤ ਗਲਤ ਹੈ ਜੀ। ਇਹ ਸਾਡੀ ਰੋਜ਼ੀ ਰੋਟੀ ਜਿਹੜੀ ਬੰਦ ਕਰਨਾ ਚਾਹੁੰਦੇ ਆ, ਅਤੇ ਅਸੀਂ ਪ੍ਰਸ਼ਾਸਨ ਨੂੰ ਅੱਗੇ ਮੰਗ ਕਰਦੇ ਹਾਂ, ਹੱਥ ਜੋੜ ਕੇ ਮੰਗ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਤੇ ਜਿਹੜਾ ਸਾਡਾ ਵਾ ਉਹ ਮਤਲਬ ਜਿਹੜਾ ਸਾਨੂੰ ਨਿਆਂ ਦਵਾਇਆ ਜਾਵੇ। ਹਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਆ, ਉਹਨੇ ਦਰਖਾਸਤ ਦਿੱਤੀ ਆ ਜਦਕਿ ਉਹ ਉਸ ਦੁਕਾਨ ਦੇ ਵਿੱਚ ਕਿਰਾਏਦਾਰ ਆ, ਅਤੇ ਮਾਲਕ ਮਕਾਨ ਨਾਲ ਉਹਨਾਂ ਦੀ ਥੋੜ੍ਹੀ ਬਹੁਤ ਜਣਬਣ ਹੋਈ ਆ, ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ, ਜਾਂਚ ਹੋ ਰਹੀ ਆ, ਜੋ ਵੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਕਾਨੂੰਨ ਅਨੁਸਾਰ। ਸੀਸੀਟੀਵੀ ਵੀ ਜਿਹੜੀ ਸਾਹਮਣੇ ਆਈ ਹੈ ਉਹ ਬਾਅਦ ਦੇ ਵਿੱਚ ਵੇਖਿਆ ਜਾਊਗਾ ਜੀ, ਦੌਰਾਨੇ ਜਾਂਚ ਜੋ ਵੀ ਇਹ ਗੱਲਾਂ ਸਾਹਮਣੇ ਆਉਣਗੀਆਂ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ।